ਆਕਤੇ ਕਾਬੂ ਪਾ ਲਿਆ ਮੈਂ ਹਾਂ ਇਹ ਤਾਂ ਹੁਣ ਮਾਲਕ ਹੀ ਦੱਸਣ ਗਿਆ ਅੱਗ ਕਿੱਦਾਂ ਲੱਗੀ ਆ ਕਿੱਦਾਂ ਅੱਗ ਲੱਗੂ ਉਹ ਬਸ ਇਹ ਜੈਮਸਨ ਜਾਊ ਓਏ ਪਾਜੀ ਜੇ ਇੱਦੇ ਗੱਡੀ ਕਮਾਉਣੀ ਮੈਨੂੰ ਡਾਲੇ ਤੇ ਬਿਠਾ ਦਿਓ ਉਦੋਂ ਦੇ ਨਾ ਪਤਾ ਨਹੀਂ ਕੀ ਲੱਭੀ ਜਾਂਦੇ ਪਾਜੀ ਬੀੜੀਆਂ ਦੇ ਬੰਡਲ ਪਰਲੇ ਬੰਨੇ ਆ ਜਗ੍ਹਾ ਪਰਲੇ ਬੰਨੇ ਆ ਜਾ ਚੱਕ ਲਿਆ ਤੁਸੀਂ ਦੋਨੋਂ ਘੁੰਮਦੇ ਤਾਂ ਇੱਦਾਂ ਪਏ ਜਿੱਦਾਂ ਵਾਲਮਾਰਟ ਦਾ ਸੌਦਾ ਕਰਨ ਆਇਓ ਹੈ ਭਾਜੀ ਨੂੰ ਤਿਲ ਨਹੀਂ ਮਿਲਣ ਦੇ ਕਹਿੰਦਾ ਲੋਹੜੀ ਦੇ ਲੋਹੜੀ ਵਾਲੀ ਅੱਗ ਤੇ ਤਿਲ ਪਾਈ ਦੇ ਮੈਂ ਕਿਹਾ ਇੱਥੇ ਕਾਲੀਆਂ ਮਿਰਚਾਂ ਹੀ ਪਾ ਦਿਓ ਐਤਕੀ ਘੰਟਾ ਡੇਢ ਹੋ ਗਿਆ ਬਾਈ ਨੂੰ ਘੁਮਾਉਂਦੇ ਕਿਹੜਾ ਅਲਾਦੀਨ ਦਾ ਚਿਰਾਗ ਲੱਭਣ ਡਿਆ ਭਾਜੀ ਦੱਸੀ ਜਰਾ ਕਿਹੜਾ ਅਲਾਦੀਨ ਦਾ ਚਿਰਾਗ ਲੱਭਣ ਡਿਆ ਜੱਗੇ ਨੇ ਸਵੇਰ ਦਾ ਭੋਲਾ ਖਾਦਾ ਐ ਜੱਗੇ ਕਿਹਨੇ ਕਹਿਣਾ ਤਿੰਨ ਬੰਦੇ ਭੇਜੇ ਪਾਈ ਆ ਸਮਾਨ ਨੀ ਮੰਗਾਇਆ ਖਾਲੀ ਹੱਥ ਤੁਰਿਓ ਆ ਮੂੰਹ ਚੱਕ ਕੇ ਸੋਹਣੇ ਮੁੰਡੇ ਆ ਗਏ ਜੀ ਸੋਹਣੇ ਮੁੰਡੇ ਅੱਜ ਹੈ ਸੁੱਖ ਭਾਜੀ ਅੱਜ ਫਿਰ ਭਾਬੀ ਨੂੰ ਦਬਕਾ ਮਾਰਨਾ ਕਹਿੰਦਾ ਹੈ ਨਹੀਂ ਦਬਕਾ ਤਾਂ ਕੀ ਮਾਰਨਾ ਵੀਰੇ ਆਪਾਂ ਉਹਦੇ ਕਹਿ ਦੇਣਾ ਵੀ ਹੈ ਨਹੀਂ ਮਿਲੀ ਜੀ ਹੁਣ ਇਹ ਤਾਂ ਜਦੋਂ ਕੈਮਰਾ ਨਹੀਂ ਖੁੱਲਿਆ ਸੀ ਉਦੋਂ ਤਾਂ ਬੜਾ ਚੌੜਾ ਹੋ ਗਿਆ ਭਾਜੀ ਕਹਿੰਦਾ ਅਸੀਂ ਜੀ ਦੇਖੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਕੈਮਰੇ ਦੇ ਮਗਰ ਕਰਦੇ ਆ ਹਰ ਜੀ ਤੁਸੀਂ ਕੈਮਰੇ ਸਾਹਮਣੇ ਨਹੀਂ ਕਹਿ ਸਕਦੇ ਇਹ ਤਾਂ ਬਿਲਕੁਲ ਨਹੀਂ ਭਾਬੀ ਨੇ ਵੀ ਵਲੌਗ ਦੇਖਣਾ ਬੋਲਣਾ ਪਾਪ ਆ ਉਹਦੇ ਹੁਣ ਸਾਡੇ ਕੋਲ ਵੱਡੀਆਂ ਵੱਡੀਆਂ ਛੱਡਦਾ ਸੀ ਉਹ ਭਾਬੀ ਨੂੰ ਫੋਨ ਕਰਕੇ ਉਹ ਦੱਸਣ ਵੀ ਲੱਗ ਪਿਆ ਉਹ ਕੀ ਕਹਿੰਦੇ ਹੁੰਦੇ ਆ ਸਫਾਈ ਵੀ ਦੇਣ ਲੱਗ ਪਿਆ ਕਿ ਮਿਲਿਆ ਨਹੀਂ ਜੱਗੇ ਨੂੰ ਪਸੰਦ ਹੀ ਸਾਬਰ ਕੋਟੀ ਆ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਹੈ ਭਾਜੀ ਜੇ ਇੱਦਾਂ ਗੱਡੀ ਕਮਾਉਣੀ ਮੈਨੂੰ ਡਾਲੇ ਤੇ ਬਿਠਾ ਦਿਓ ਆਹੋ ਮਗਰ ਬੰਦੇ ਆ ਬੱਕਰੀਆਂ ਥੋੜੀ ਲੱਦੀਆਂ ਘੁੰਮ ਗਈ ਸ਼ਨੋ ਤੋਂ ਘੁੰਮ ਗਈ ਅੱਛਾ ਨਹੀਂ ਤਾਂ ਜੇ ਤੁਸੀਂ ਕਹਿੰਦੇ ਆ ਤਾਂ ਮੈਂ ਡਾਲੇ 'ਚ ਚੱਲ ਜਾਂਦਾ ਭਰਾਵਾ ਅੱਜ ਇਸ ਹਿਸਾਬ ਨਾਲ ਲਾਈਟਾਂ ਜਿਹੀਆਂ ਲਾਈਆਂ ਆ ਇਹ ਤਾਂ ਫੀਲਿੰਗ ਹੋ ਰਹੀ ਆਉਣ ਡਈ ਆ ਹੈ ਅੱਜ ਇਸ ਹਿਸਾਬ ਨਾਲ ਲਾਈਟਾਂ ਲਾਈਆਂ ਫੀਲਿੰਗ ਤਾਂ ਹੋ ਰਹੀ ਆ ਰਹੀ ਆ ਲੋਹੜੀ ਤਾਂ ਫਿਰ ਇੱਦਾਂ ਹੀ ਮਨਾ ਹੋਣੀ ਆ ਅੱਛਾ ਪੱਕਾ ਲੋਹੜੀ ਹੈ ਨਾ ਯਾ ਬ੍ਰੋ ਆਹ ਦੇਖੋ ਹੈ ਹੈ ਇਦਾਂ ਹੁੰਦੀ ਇੱਥੇ ਉਹ ਮਾਰ ਮਾੜਿਆ ਸੂਟਾ ਉਹ ਤੇਲ ਲਿਆ ਪੈਟਰੋਲ ਸਿੱਟ ਉੱਤੇ ਕਿਹੜੇ ਚੱਕਰਾਂ 'ਚ ਪਏ ਹੋ ਬਾਹਰ ਵਹਿੰਦੇ ਆ ਫਿਰ ਲੋਹੜੀ ਗੁਆਂਢੀ ਤੁਹਾਡੀ ਭੈਣ ਲਓ ਜੀ ਗੱਲਬਾਈ ਯੈਸ ਤੇ ਕੱਪੜੇ ਪ੍ਰੈਸ ਹੋ ਗਏ ਆ ਹੈਪੀ ਲੋਹੜੀ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਇਹ ਮੁੰਡਾ ਕੀ ਲਿਆ ਮੂੰਗਫਲੀ ਸਹੀ ਹੈ ਸਹੀ ਹੈ ਹੈਪੀ ਲੋਹੜੀ ਤਾਂ ਫੇਰ ਹੀ ਪਤਾ ਲੱਗਣਾ ਜੀ ਜੱਗੇ ਆ ਕੀ ਲਿਆ ਸਾਊਂਡ ਸਿਸਟਮ ਜੱਗੇ ਚੱਕ ਲਾ ਫਿਰ ਲਾ ਤੂੰ ਹੁਣ ਸਹੀ ਹੈ ਭਾਈ ਹੈ ਸਹੀ ਹੈ ਭਾਈ ਲਾ ਟੀਮ ਲਾ ਸਵੇਰ ਤੋਂ ਸੱਦਾ ਦਵਾਉਣਾ ਹੈ ਮੈਨੂੰ ਸਿਮਰਨ ਨੇ ਟੈਨਸ਼ਨ ਲੈ ਜਾਣੀ ਨਹੀਂ ਨਹੀਂ ਸਿਮਰਨ ਨੇ ਕੀ ਸਿਮਰਨ ਨੇ ਤੁਹਾਨੂੰ ਪਤਾ ਹੀ ਆ ਮੈਨੂੰ ਟੈਨਸ਼ਨ ਹੋ ਗਈ ਤੂੰ ਆਇਆ ਹੁਣ ਵਾਪਸ ਆ ਦੇ ਲੈ ਸਿਮਰਨ ਮੈਂ ਨੀ ਕੁਛ ਕਿਹਾ ਮੈਂ ਤਾਂ ਭਰਾ ਦੇ ਵੱਲ ਹੀ ਆ ਪਰ ਆ ਦੇਖ ਸਾਂਗ ਕਿੱਦਾਂ ਲਾਈ ਅੱਗ ਬਲੀ ਜਾਣੀ ਕਹਿੰਦੇ ਅੱਗ ਬਹੁਤ ਹੈ ਜਿਹਨੂੰ ਮੇਜਰ ਫਾਇਰ ਕਿਹਾ ਜਾਂਦਾ ਅੱਗ ਬਹੁਤ ਹੈ ਵੀਰ ਜੀ ਇਹ ਤਾਂ ਫਿਰ ਹੁਣ ਨਿਬੜ ਗਿਆ ਕੰਮ ਹੁਣ ਕਿੱਧਰ ਨੂੰ ਜਾਈਏ ਯਾਰ ਤੁਸੀਂ ਆ ਚਲੋ ਜੋ ਤੁਹਾਡੀ ਇੱਛਾ ਜੇ ਤੁਸੀਂ ਹੁਣ ਦੋਨਾਂ ਨੇ ਕਰਨਾ ਤਾਂ ਚਲੋ ਦੇਖ ਲਓ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਇੱਧਰ ਆ ਜਾ ਚੱਕੇ ਤੂੰ ਹੁਣ ਆਪਾਂ ਤਾਂ ਸੌਂਫੀ ਆ ਭਰਾਵਾ ਅੱਜ ਤਾਂ ਸ਼ਰਾਬੀਆਂ ਜੀ ਕਹਿੰਦੇ ਮਕਾਨ ਵੀ ਨਹੀਂ ਜਾਈਦਾ ਭਰਾਵਾ ਜਗ੍ਹਾ ਘੱਟ ਵੀ ਦੋ ਗਲਾਸ ਸ਼ੂਗਰ ਆ ਮੇਰੀ ਕੋਲਡ ਡਰਿੰਕ ਦੀਦੀ ਨੂੰ ਆਵਾਜ਼ ਮਾਰੀ ਦੀਦੀ ਮੇਰੀ ਕੋਲਡ ਡਰਿੰਕ
ਦੀਦੀ ਮੇਰੀ ਕੋਲਡ ਡਰਿੰਕ ਮੇਰੇ ਹਿਸਾਬ ਨਾਲ ਉੱਥੇ ਪਈ ਹੋਣੀ ਦੀਦੀ ਨੂੰ ਕਹੀ ਜ਼ਿਆਦਾ ਠੰਡੀ ਨਾ ਕਰਨ ਕੋਈ ਨਹੀਂ ਕੋਈ ਨਹੀਂ ਐਦਾਂ ਹੀ ਕੱਢ ਲੈਣ ਯਾ ਬ੍ਰੋ ਬੱਕਰਾ ਟੇਸਟ ਕਰਕੇ ਦੇਖ ਕਿੱਦਾਂ ਬਣੀ ਯਾ ਬ੍ਰੋ लो जी अग गई सी बुझ पर बाई नहीं मनिया साडा इन्हां ने पाबी होणा नूं ना भेज दिता एमए दी गल सुनो आपां रोज भैण जो घरे ही बैठना आ अवांस ने मोबाइल आपां आउटसाइड बैठना आ या ते आपां एंजॉय करना है बिल्कुल बिल्कुल ते जग्गे होणा नूं तां पाबी होणा नूं भेज दिता ते ए लकड़ा दा ले आए ਹੁਣ ਬਾਲਣੀਆਂ ਵੀ ਜੱਗੇ ਨੇ ਆ ਫੂਕਾ ਮਾਰ ਮਾਰ ਕੇ ਇੰਡੀਆ ਹੁੰਦਾ ਸੀ ਕਹਿੰਦਾ ਦਰਖਤ ਦਰੁਖਤ ਪਾੜ ਲੈਣਾ ਸੀਗਾ ਇੱਥੇ ਤਾਂ ਆਪਾਂ ਇਹ ਕਰ ਇੱਥੇ ਤਾਂ ਵੀ ਪੰਪ ਧਵਾਣੀਆਂ ਸੀ ਇੱਥੇ ਤਾਂ ਵੀ ਇਦਾਂ ਹੀ ਲਿਆਉਣੀਆਂ ਪੈਣੀਆਂ ਮੁੱਲ ਦੀਆਂ ਹੈ ਇੱਥੇ ਤਾਂ ਮੁੱਲ ਦੀਆਂ ਲਿਆਉਣੀਆਂ ਪੈਣੀਆਂ ਇੰਡੀਆ ਮੈਂ ਤਾਂ ਇਹਨਾਂ ਨੂੰ ਸਲਾਹ ਦਿੱਤੀ ਨਾਲ ਦੇ ਤਾਂ ਜਾੜ ਪਾੜ ਸੁੱਟੋ ਇੰਡੀਆ ਹੁੰਦਾ ਤਾਂ ਭਾਵੇਂ ਇੱਥੋਂ ਹੁਸ਼ਿਆਰਪੁਰੋਂ ਦਸੂਹੇ ਮਕੇਰੀਆਂ ਵੱਲੋਂ ਨਿਕਲ ਜਾਂਦੇ ਰਾਹ ਦੇ ਵਿੱਚ ਬਥੇਰੇ ਦਰਖਤ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਜੱਗਾ ਮਿਹਨਤ ਕਰਦਾ ਹੋਇਆ ਇਹਨੂੰ ਰੱਖ ਉੱਤੇ ਏਦਾਂ ਨਾ ਫੂਕਾ ਮਾਰ ਇਹਨੂੰ ਅੱਗ ਲੱਗਣੀ ਅੱਗ ਲਾਊਗਾ ਅੱਗ ਜੱਗੇ ਚ ਬਹੁਤ ਆ ਜੱਗੇ ਕਿੱਦਾਂ ਅੱਗ ਲੱਗੂ ਉਹ ਬਸ ਇਹ ਜੈਮਸਨ ਜਾਊ ਓਏ ਜੈਮਸਨ ਪੈ ਕੇ ਤਾਂ ਉਹ ਬਸ ਉਹ ਬਸ ਓਏ ਬਸ ਹੈ ਏਦਾਂ ਦਿਲ ਨੀ ਨਾ ਫੇਰ ਏਦਾਂ ਫੇਰ ਗੱਲ ਨੀ ਨਾ ਬਣਦੀ ਸੱਜਣਾ ਏਦਾਂ ਫੇਰ ਪਿਆਰ ਵਾਲੀਆਂ ਗੱਲਾਂ ਨੀ ਨਾ ਰਹੀਆਂ ਭੈਣ ਚੋ ਸਾਰੀ ਰੋਡ ਦਾ ਨਹੀਂ 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 ਸਾਡੇ ਕੋਲ ਕਿਹੜੀ ਹੈ ਨਹੀਂ ਕੀ ਹੋਰ ਉਹ ਨਹੀਂ ਉਹ ਗੱਲ ਹੋ ਰਹੀ ਪਈ ਆ ਲੋਕੀ ਲਾਉਂਦੇ ਭੈਣ ਚੋ ਲੱਕੜਾਂ ਦੇ ਨਾਲ ਆਪਾਂ ਲਾਵਾਂਗੇ ਦਾਰੂ ਦੇ ਨਾਲ ਅੱਗ ਇਹ ਬਸ ਬਸ ਬਹੁਤ ਆ ਲੈ ਤਾਂ ਅੱਗ ਬਹੁਤ ਹੈ ਜਿਹਨੂੰ ਮੇਜਰ ਫਾਇਰ ਕਹਿੰਦੇ ਆ ਇਹ ਤਾਂ ਜੀ ਹੁਣ ਮਾਲਕ ਹੀ ਦੱਸਣਗੇ ਹਾਂ ਭੈਣ ਚੋ ਬੁਝ ਵੀ ਗਈ ਅਲਕੋਹਲ ਇੰਨੀ ਮਾੜੀ ਅਲਕੋਹਲ ਆ ਇਹ ਅਲਕੋਹਲ ਮਾੜੀ ਨਹੀਂ ਅਲਕੋਹਲ ਛੇਤੀ ਉੜ ਜਾਂਦੀ ਏ ਸਟਰੋਂਗ ਆ ਉਹ ਸਿਰ ਨਹੀਂ ਫੜਦੀ ਕਿਹੜੀ ਨਹੀਂ ਫੜਦੀ ਗ੍ਰੇ ਗੂਸ ਵਿਦ ਕ੍ਰੇਨਬੇਰੀ ਜੂਸ ਅੱਛਾ ਉਹ ਸਿਰ ਨਹੀਂ ਫੜਦੀ ਉਹ ਘੈਂਟ ਆ ਉਹ ਘੈਂਟ ਜਿਹਾ ਕੰਮ ਨਜ਼ਾਰਾ ਪਰ ਬੋੜਕਾ ਮੈਨੂੰ ਵਧੀਆ ਨਹੀਂ ਲੱਗਦੀ ਭਾਜੀ ਬੋੜਕਾ ਸਿਰ ਫੜਦੀ ਆ ਉਦਾਂ ਜੇ ਵੀ ਉਹਦਾ ਹਾਂ ਜਾਂ ਤਾਂ ਫੇਰ ਇੰਡੀਆ ਵਾਲਾ ਲਿਮਕਾ ਹੋਵੇ ਵਧੀਆ ਬੰਦਾ ਡੀਜੇ ਡੂਜੇ ਦਾ ਕੰਮ ਆ ਉਹ ਵਿਚਾਰਾ ਕੁਛ ਬੋਲਦਾ ਹੀ ਨੀ ਉਹਦਾ ਮੈਨੂੰ ਕਹਿੰਦਾ ਹੁੰਦਾ ਕਹਿੰਦਾ ਕਿਸੇ ਦਿਨ ਆਪਾਂ ਬਹਿੰਦੇ ਆ ਹਾਂ ਸਾਡਾ ਟਾਈਮ ਹੀ ਨਹੀਂ ਮੈਂ ਕਿਹਾ ਉਹਨੂੰ ਕੀ ਸੱਦਣਾ ਨਾ ਸਾਨੂੰ ਉਹਦੀ ਸਮਝ ਆਉਣੀ ਨਾ ਉਹਨੂੰ ਸਾਡੀ ਜੱਗੇ ਨਾ ਪਿਆ ਕਰ ਯਾਰ ਪਤਾ ਕਿੰਨਾ ਖਰਾਬ ਕੰਮ ਹੋ ਜਾਂਦਾ ਚੱਲ ਅੱਛਾ ਨਹੀਂ ਪਾਉਣਾ ਇਹ ਮੈਂ ਵੀਡੀਓ ਇਹ ਮੈਂ ਬਲੌਗ ਚ ਨਹੀਂ ਪਾਉਂਗਾ ਚੱਲ ਕੋਈ ਗੱਲ ਨਹੀਂ ਹਾਂ ਪੱਕਾ ਉਹ ਆਪਣੀ ਗਲਾਸੀ ਲੈ ਜਾ ਜੱਗੇ ਜੱਗੇ ਲੈ ਜਾ ਓਏ ਉਹ ਤੁਰ ਵੀ ਨਹੀਂ ਹੁੰਦਾ ਹੁਣ ਤੁਰ ਵੀ ਨਹੀਂ ਹੁੰਦਾ ਇਹਦਾ ਸੈੱਟ ਹੋ ਗਿਆ ਛੇਤੀ ਹਾਂ ਲੋ ਜੀ ਅਸੀਂ ਸਮਝ ਰਹੇ ਪਤਾ ਨਹੀਂ ਕਿਹੜੀ ਦਵਾਈ ਛਿੜਕੀ ਜਾਂਦਾ ਤਾਂ ਅੱਗ ਲੱਗੀ ਜਾਂਦੀ ਬਾਈ ਇਹ ਫੌਗ ਆ ਫੌਗ ਮਾਰ ਮਾੜਾ ਜਿਹਾ ਜੱਗੇ ਮਾਰ ਕੇ ਦਿਖਾ ਜਰਾ ਆਉਣ ਲੈ ਇੰਨੀ ਅੱਗ ਹੁੰਦੀ ਆ ਤੇ ਬੰਦੇ ਚ ਕਿੱਦਾਂ ਅੱਗ ਲਾ ਲੈਂਦਾ ਹੁਣ ਮਾਲਕ ਹੀ ਦੱਸਣਗੇ ਗਰਾਰੀ ਉੱਥੇ ਹੀ ਅੜ ਜਾਂਦੀ ਮਾਲਕ ਹੀ ਦੱਸਣਗੇ ਅੱਗ ਤੇ ਕਾਬੂ ਪਾ ਲਿਆ ਮੈਂ ਹਾਂ ਹੁਣ ਮਾਲਕ ਹੀ ਦੱਸਣਗੇ ਵੀ ਅੱਗ ਕਿੱਦਾਂ ਲੱਗੀ ਆ ਉਸ ਸਮੇਂ ਮੰਗਾ ਲਈਆਂ ਅਸੀਂ ਮੌਕੇ ਤੇ ਲੈ ਵੀ ਜੱਗੇ ਗੱਚਾ ਖਾ ਮੇਰਾ ਭਰਾ ਤੇਰਾ ਸਮਾਨ ਖਿੜ ਜੇ ਅੱਜ ਤਾਂ ਇਹਨੇ ਕੁਛ ਆਉਣਾ ਵੀ ਸਾਡੀ ਲੋੜੀ ਤਾਂ ਇਹਨਾਂ ਵਾਲੀ ਆ
ਆਏ ਬੰਦਾ ਖੁਸ਼ ਦੇਖੋ ਕਿੰਨਾ ਵਿਆਹ ਦੀ ਮੂਵੀ ਦੇਖ ਕੇ ਨਾ ਨਾ ਖੁਸ਼ੀ ਦੇ ਖੁਸ਼ੀ ਵਿਆਹ ਦੀ ਮੂਵੀ ਦੇਖ ਕੇ ਬੰਦਾ ਇੰਨਾ ਖੁਸ਼ ਹੋ ਰਿਹਾ ਨਾ ਕਿਆ ਬਾਤ ਜਦੋਂ ਤੁਹਾਡਾ ਵਿਆਹ ਹੋਊਗਾ ਤੁਹਾਨੂੰ ਵੀ ਵੇਖ ਪਤਾ ਲੱਗੂਗਾ ਉਹ ਭਰਾਵਾ ਅਸੀਂ ਤਾਂ ਛੋਟੇ ਆ ਕੀ ਹੁੰਦਾ 15 16 ਸਾਲਾਂ ਦਾ ਨਿਆਣਾ ਮੈਂ ਕਿਹਾ 10 ਸਾਲ ਦੇ ਹਲੇ ਤੁਹਾਡੇ ਬੋਲੀਓ ਦੀਆਂ ਬੂੰਦਾਂ ਬਲਾਉਂਦੇ ਨਹੀਂ ਉਹ ਤਾਂ ਠੀਕ ਆ ਹੁਣ ਗੱਲ ਬਾਈ ਐਸ ਤੇ ਭਾਬੀ ਦੇ ਵਾਲ ਵੀ ਤੁਸੀਂ ਵਾਏ ਫੇ ਨਾ ਭਰਾਵਾ ਭਾਬੀ ਵਾਏ ਹੁੰਦੇ ਆਪਣੇ ਦੇਖ ਲਓ ਦੱਸ ਦਿਓ ਨਹੀਂ ਸੱਚੀ ਸੱਚੀ ਗੱਲ ਆ ਮੰਨ ਲਓ ਕੁਝ ਨਹੀਂ ਹੁੰਦਾ ਝੂਠੇ ਮੰਨ ਲਵਾਂ ਹੈ ਝੂਠੇ ਮੰਨ ਲਵਾਂ ਰੋਬੀ ਅੱਜ ਰਿਕਾਰਡ ਕਰਕੇ ਰੱਖ ਲਾ ਸਹੀ ਆ ਇਹ ਵੀਰ ਜੀ ਹੋਣੀ ਮੈਂ ਕਿਹਾ ਕਮਰੇ ਚੋਂ ਨੀ ਘੁਸ ਕੇ ਕਰਨਗੇ ਇਹ ਸਾਡੇ ਵੀਰ ਦਾ ਐਕਸਪੀਰੀਅੰਸ ਆ ਬਹੁਤ ਦੁਖੀ ਆ ਪਰ ਉਤੋਂ ਤੋਂ ਹੱਸਦਾ ਵੀਰ ਮੈਂ ਕੋਈ ਦੁਖੀ ਮੈਂ ਆਇਆ ਦੁੱਖ ਵੰਡਾਉਣ ਵਾਸਤੇ ਨਹੀਂ ਦੁਖੀ ਮੈਂ ਬਹੁਤ ਹੈਪੀ ਆ ਪਰ ਜਿਹੜੀ ਆ ਗਾਂ ਜਨਰੇਸ਼ਨ ਤੁਹਾਡੀ ਆਉਣ ਵਾਲੀ ਆ ਤੁਸੀਂ ਬੁਰਕੀ ਪੁੱਛ ਕੇ ਖਾਇਆ ਕਰਨੀ ਸੀ ਟਾਈਮ ਹੋ ਗਿਆ ਗੱਲ ਸਾਡੇ ਵੀਰ ਦੀ ਹਿੰਮਤ ਨੀ ਹੋਈ ਰੋਟੀ ਬਹਿ ਕੇ ਸਾਹਮਣੇ ਬਹਿ ਕੇ ਖਾ ਲਵੇ ਮੁੰਡੇ ਦੀ ਗੱਲਬਾਤ ਦੇਖੋ ਸਾਡੇ ਦੀ ਲੈ ਭਾਬੀ ਸਾਡੀ ਗੱਲਬਾਤ ਕਿਹੜਾ ਘੱਟ ਆ ਅੱਧ ਹੋ ਗਈ ਆ ਦੇਖੋ ਭਾਬੀ ਸਾਡੀ ਜੀ ਮੂੰਹ ਦਿੰਦਾ ਇਹ ਬੰਦਾ ਐਂ ਤਾਂ ਤੋਂ ਬਿਨਾਂ ਦੇਖ ਨਹੀਂ ਸਕਿਆ ਠੀਕ ਹੈ ਮਜਨੂ ਇਹ ਮਜਨੂ ਪਤਾ ਕਿਹੜਾ ਵੈਲਕਮ ਫਿਲਮ ਵਾਲਾ ਜਗੇ ਉਹਦਾ ਇੱਕ ਗੱਲ ਆ ਸੱਚੀ ਜਦੋਂ ਤੇਰਾ ਵਿਆਹ ਹੋ ਗਿਆ ਤੂੰ ਕਿਹਾ ਕਰਨਾ ਜੀ ਜਨਾਬ ਹਾਜ਼ਰ ਜੀ ਉਹ ਜੋ ਭਰਾਵਾਂ ਨੇ ਕੀਤਾ ਹੁਣ ਉਹੀ ਕਰਨਾ ਆਪਾਂ ਵੀ ਕਹਾਂ ਜੋ ਮੰਨ ਗਿਆ ਪਵਾ ਕਮਰੇ ਜਾ ਕੇ ਮਿੰਤਾ ਪਾ ਲੇ ਭਾਜੀ ਪਰ ਅਣਖੀ ਆ ਅਣਖੀ ਪਰ ਅਣਖੀ ਆ ਅਣਖੀ ਵੀਰੇ ਅਸੀਂ ਇੱਕ ਦੋ ਦੇਣੀ ਆ ਇੱਥੇ ਮੁੜ ਕੇ ਅਸੀਂ ਚੱਲ ਜਾਣਾ ਆ ਨਹੀਂ ਨਹੀਂ ਬਾਈ ਅਣਖੀ ਆ ਅਣਖੀ ਭਵਾਂ ਕਮਰੇ ਜਾ ਕੇ ਲੱਤਾਂ ਘੁੱਟਦਾ ਪਰ ਅਣਖੀ ਆ ਅਣਖੀ ਹੈ ਕੋਕ ਦੇ ਨਾਲ ਹੀ ਸੈੱਟ ਕਰ ਦਿੱਤਾ ਮੈਨੂੰ ਬ੍ਰੈਂਪਟਨ ਆਓ ਬਾਈ ਬ੍ਰੈਂਪਟਨ ਆਓ ਭਾਈ ਸਿਮਰਨ ਨੂੰ ਕਹਿ ਤੂੰ ਮੈਨੂੰ ਕਮਨ ਬੇਬੀ ਦਾ ਨੀ ਪਤਾ ਉਹਨੂੰ ਟੈਨਸ਼ਨ ਪੈ ਜਾਣੀ ਨਹੀਂ ਦੋ ਭਰਾ ਮੇਰੇ ਇੱਥੇ ਆ ਕੇ ਦੱਸਣਗੇ ਕੀ ਆ ਇਹ ਸਹੀ ਯਾਦ ਹੈ ਫਿਰ ਜੱਗਾ ਜੀ ਹਮ ਆ ਰਹੇ ਹੈ ਲਾਈਟ ਬੰਦ ਕਦੋਂ ਬਣਾਉਂਦਾ ਸੋਹਣਾ ਹੁਣ ਅੱਧੀ ਰਾਤ ਨੂੰ ਇੱਥੇ ਫੇਸਬੁੱਕ ਤੇ ਸਟੇਟਸ ਨੀ ਪਾਉਣੇ ਇਹਦੇ ਹਾਂਜੀ ਜੀ ਕੀ ਹਾਲ ਆ ਮੇਰੇ ਵੀਰਾਂ ਦਾ ਮੇਰੀਆਂ ਭੈਣਾਂ ਦਾ ਹੋਰ ਸਾਰੇ ਵਧੀਆ ਠੀਕ ਠਾਕ ਹੋ ਸਭ ਤੋਂ ਪਹਿਲਾਂ ਤੁਹਾਨੂੰ ਹੈਪੀ ਲੋਹੜੀ ਯਾ ਅਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਰਾਤ ਦੁੱਗਣੀ ਦਿਨ ਚੌਗਣੀ ਇੱਦਾਂ ਹੀ ਕਹਿੰਦੇ ਹੁੰਦੇ ਰੱਬ ਤੁਹਾਡੇ ਭਰਾ ਨੂੰ ਤਰੱਕੀ ਦੇਵੇ
ਸਹੀ ਹੈ।